ਵਿਆਹ ਮੇਰਾ 29 ਨਵੰਬਰ ਨੂੰ ਸਗਨ 30 ਨਵੰਬਰ ਨੂੰ ਬਰਾਤ ਲਾਤੀ ਨੇ ਪਰਿਵਾਰ ਦੇ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਮਤਲਬ ਕਿ ਹਿਮਾਚਲ ਲੋਕ ਹਾਂ ਅਤੇ ਇਸ ਕਰਕੇ ਵੀ ਮਤਲਬ ਉਹ ਤਿਆਰੀ ਤਿਊਰੀ ਨਹੀਂ ਹੋ ਸਕਦੀ ਹਾਂਜੀ ਚਾਹ ਤਾਂ ਬਥੇਰਾ ਹੈ ਪਰ ਇਹ ਆ ਕਿ ਥੋੜ੍ਹੀ ਮਾਲੀ ਹਾਲਤ ਕਮਜ਼ੋਰ ਦਾ ਕਰਕੇ ਇਸ ਕਰਕੇ ਮੈਂ ਝੋਲੀ ਸੰਗਤ ਅੱਗੇ ਅੱਡੀ ਆ ਹਾਲੇ ਕੁਛ ਨਹੀਂ ਬਣਾਇਆ ਵੀਰ ਜੀ ਅਜੇ ਤਾਂ ਸਿਰਫ ਆ ਦੋ ਸੂਟ ਨੇ ਅਤੇ ਇੱਕ ਸ਼ਾਵਲ ਕੋਟੀ ਬਣਾਇਆ ਬਸ ਉਹੀ ਮੇਰੇ ਕੋਲ ਸੀ ਖੁਦ ਮੈਂ ਸਟਿਚਿੰਗ ਕੀਤਾ ਅਤੇ ਮੈਂ ਸੰਗਤ ਅੱਗੇ ਅਪੀਲ ਕਰਦੀ ਹਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੰਗਤ ਅੱਗੇ ਝੋਲੀ ਅੱਡੀਏ ਤਾਂ ਭਰਦੀ ਜ਼ਰੂਰ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਜੀਤ ਕੌਰ ਖਾਲਸਾ ਹੈ ਪਿੰਡ ਸਾਡਾ ਮਹਿਮਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਵਿਆਹ ਮੇਰਾ 30 ਨਵੰਬਰ ਨੂੰ ਬਰਾਤ ਆ ਅਤੇ 29 ਨਵੰਬਰ ਨੂੰ ਸਗਨ ਵੀਰ ਜੀ ਮੇਰੇ ਛੋਟੀ ਹੁੰਦੀ ਤੋਂ 2 ਸਾਲ ਦੀ ਸੀ ਜਦੋਂ ਮੈਨੂੰ ਪੋਲੀਓ ਹੋਇਆ ਸੀ ਡਾਕਟਰ ਨੇ ਬੁਖਾਰ 'ਚ ਟੀਕਾ ਲਾਤਾ ਅਤੇ ਮੈਨੂੰ ਪੋਲੀਓ ਹੋ ਗਿਆ ਹੁਣ ਮੇਰੀ 36 ਸਾਲ ਦੀ ਉਮਰ ਆ ਅਤੇ ਮੈਂ ਪੋਲੀਓ ਦੀ ਪੀੜਤ ਹਾਂ ਪਰਿਵਾਰ ਨੇ ਬਹੁਤ ਪੈਸਾ ਲਾਇਆ ਜਿਸ ਸਮੇਂ 'ਚ ਪੈਸਾ ਨਹੀਂ ਮਿਲਦਾ ਹੁੰਦਾ ਉਸ ਸਮੇਂ ਵਿੱਚ ਮੰਮੀ ਪਾਪਾ ਨੇ ਬਹੁਤ ਪੈਸਾ ਲਾਇਆ ਮੇਰੇ ਉੱਪਰ ਅਤੇ ਇਸ ਕਰਕੇ ਮੈਂ ਪੀੜਤ ਹਾਂ ਵਿਆਹ ਮੇਰਾ 29 ਨਵੰਬਰ ਨੂੰ ਸਗਨ 30 ਨਵੰਬਰ ਨੂੰ ਬਰਾਤ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਮਤਲਬ ਕਿ ਹਿਮਾਚਲ ਲੋਕ ਹਾਂ ਅਤੇ ਇਸ ਕਰਕੇ ਵੀ ਮਤਲਬ ਉਹ ਤਿਆਰੀ ਤਿਊਰੀ ਨਹੀਂ ਹੋ ਸਕਦੀ ਸੰਗਤ ਤੋਂ ਬਗੈਰ ਜਿੱਥੇ ਵਿਆਹ ਹੋ ਰਿਹਾ ਜਿਸ ਨਾਲ ਜਿਨ੍ਹਾਂ ਨਾਲ ਉਹ ਵੀ ਪੋਲੀਓ ਤੋਂ ਪੀੜਤ ਨਹੀਂ ਆ ਉਹ ਸਹੀ ਨਹੀਂ ਉਹ ਪੋਲੀਓ ਤੋਂ ਪੀੜਤ ਨਹੀਂ ਉਹ ਸਹੀ ਨੇ ਹਾਂਜੀ ਰਿਸ਼ਤੇ ਜਦੋਂ ਆਉਂਦੇ ਸੀ ਉਦੋਂ ਕਹਿੰਦੇ ਸੀ ਕਿ ਉਹ ਤੁਰਨ ਵਾਲੀ ਚਾਹੀਦੀ ਆ ਜੇ ਕੋਈ ਮਾਸਾ ਤੁਰਦਾ ਸੀ ਉਹ ਕਹਿੰਦਾ ਸੀ ਤੁਰਨ ਵਾਲੀ ਚਾਹੀਦੀ ਆ ਅਤੇ ਹੁਣ ਚਲੋ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਮੈਂ ਕਿ ਉਹਨਾਂ ਨੇ ਮੈਨੂੰ ਅਪਣਾਇਆ ਵਾ ਹਾਂਜੀ ਚਾਹ ਤਾਂ ਬਥੇਰਾ ਹੈ ਪਰ ਇਹ ਆ ਕਿ ਥੋੜ੍ਹੀ ਮਾਲੀ ਹਾਲਤ ਕਮਜ਼ੋਰ ਦਾ ਕਰਕੇ ਇਸ ਕਰਕੇ ਮੈਂ ਝੋਲੀ ਸੰਗਤ ਅੱਗੇ ਅੱਡੀ ਆ ਹਾਲੇ ਕੁਛ ਨਹੀਂ ਬਣਾਇਆ ਵੀਰ ਜੀ ਅਜੇ ਤਾਂ ਸਿਰਫ ਆ ਦੋ ਸੂਟ ਨੇ ਅਤੇ ਇੱਕ ਸ਼ਾਵਲ ਕੋਟੀ ਬਣਾਇਆ ਬਸ ਉਹੀ ਮੇਰੇ ਕੋਲ ਸੀ ਖੁਦ ਮੈਂ ਸਟਿਚਿੰਗ ਕੀਤਾ ਆਨੰਦ ਕਾਰਜ ਮੇਰੇ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੋਣੇ ਨੇ ਸਾਡੇ ਲਾਗੇ ਗੁਰਦੁਆਰਾ ਸਾਹਿਬ ਹੈ ਸਿੰਘ ਸਭਾ ਗੁਰਦੁਆਰਾ ਇਸ ਹਾਲਾਤ ਦੇ ਵਿੱਚ ਰੱਬ ਦੇ ਬਹੁਤ ਭਰੋਸਾ ਤੁਹਾਨੂੰ ਕੀ ਕਹੋਗੇ ਬਸ ਇਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੀ ਹਾਂ ਕਿ ਚਲੋ ਜੋ ਵੀ ਜੋ ਮੈਂ ਮੰਗਿਆ ਸੀ ਉਹੀ ਮੈਨੂੰ ਮਿਲਿਆ ਹੈ ਅਤੇ ਬਾਕੀ ਇਹ ਆ ਕਿ ਮੈਂ ਆਪਣੇ ਮਾਂ ਬਾਪ ਦੇ ਸਿਰ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਅਤੇ ਮੈਂ ਸੰਗਤ ਅੱਗੇ ਅਪੀਲ ਕਰਦੀ ਹਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸੰਗਤ ਅੱਗੇ ਝੋਲੀ ਅੱਡੀਏ ਤਾਂ ਭਰਦੀ ਜ਼ਰੂਰ ਆ ਆਪਣਾ ਮੋਬਾਈਲ ਨੰਬਰ ਅਤੇ ਐਡਰੈਸ ਹਾਂਜੀ ਮੇਰਾ ਨੰਬਰ ਮੋਬਾਈਲ ਨੰਬਰ ਹੈਗਾ 77174-6231 77174-6231 ਪਿੰਡ ਸਾਡਾ ਮਹਿਮਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਅਮਨਜੀਤ ਕੌਰ ਖਾਲਸਾ ਹਾਂਜੀ ਮਾਤਾ ਜੀ ਆਪਣਾ ਨਾਮ ਅਤੇ ਪਿੰਡ ਦਾ ਨਾਮ ਮੈਂ ਗੁਰਮੀਤ ਕੌਰ ਪਿੰਡ ਮਹਿਮਾ ਪੰਡੋਰੀ ਦੇ ਰਹਿਣ ਵਾਲੇ ਮੇਰੀ ਬੇਟੀ ਦਾ ਵਿਆਹ ਵਾ ਕੀ ਨਾਮ ਬੇਟੀ ਦਾ ਅਮਨਜੀਤ ਕੌਰ 30 ਨਵੰਬਰ ਅਸੀਂ ਦੇਖ ਰਹੇ ਹਾਲਾਤ ਜਿਹੜੇ ਨੇ ਬਹੁਤ ਬੁਰੇ ਨੇ ਵਿਆਹ ਵਾਲਾ ਮਾਹੌਲ ਜੀ ਹਾਂਜੀ ਵੀਰ ਜੀ ਅਸੀਂ ਇਹਦੇ ਇਲਾਜ 'ਤੇ ਬਹੁਤ ਪੈਸਾ ਪਹਿਲਾਂ ਲਾ ਚੁੱਕੇ ਅਸੀਂ ਚੁੱਕ ਚੁਕਾ ਕੇ ਬਹੁਤ ਕਰਜ਼ਾ ਬਹੁਤ ਅੱਜ ਤੱਕ ਅਸੀਂ ਕਰਜ਼ਾ ਲਾਉਂਦੇ ਰਹੇ ਹੁਣ ਮੇਰੀ ਬੇਟੀ ਦੀ ਸੋਚ ਇਹ ਆ ਕਿ ਮੈਂ ਅਸੀਂ ਕਰਜ਼ਾ ਨਹੀਂ ਚੁੱਕਣ ਦੇਣਾ ਅਤੇ ਮੈਂ ਆਪਣੇ ਸੰਗਤ ਦੇ ਸਹਿਯੋਗ ਨਾਲ ਹੀ ਮੇਰਾ ਆਨੰਦਗੜ੍ਹ ਜਾਣਗੇ 30 ਤਰੀਕ 29 ਨੂੰ ਸਗਨ 30 ਨੂੰ ਬਰਾਤ ਕੁਛ ਨਹੀਂ ਵੀਰ ਜੀ ਦੋ ਸੂਟ ਆ ਇੱਕ ਕੋਟੀ ਇੱਕ ਸ਼ੋਲ ਤੋਂ ਬਸ ਲੱਗਦਾ ਹਜੇ ਕੋਈ ਤਿਆਰੀ ਨਹੀਂ ਉਧਰੋਂ 20-25 ਬੰਦੇ ਆਉਣਗੇ ਇੱਧਰੋਂ 200 ਬੰਦਾ ਹੋ ਜਾਣਾ ਵਾ ਕੀ ਪਰਿਵਾਰ ਤੋਂ ਵਿੱਚੋਂ ਇਸ ਦੇ ਭੈਣ ਭਰਾ ਸੰਗਤਾਂ ਨੂੰ ਇਹ ਵੀ ਅਪੀਲ ਆ ਕਿ ਵੱਧ ਤੋਂ ਵੱਧ ਸਾਥ ਦਿਓ ਭੈਣ ਦਾ ਭੈਣ ਦੀ ਬਾਂਹ ਫੜੋ ਮਦਦ ਕਰੋ